ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿन्हे ਤੁਸੀਂ ਦੇਖ ਰਹੇ ਹੋ ਤੇ ਹੁਣ ਕਰੋ ਆਪਣੇ ਚੈਨਲ ਦਾ WhatsApp ਨੰਬਰ ਨੋਟ ਸਕਰੀਨ ਤੇ ਲਿਖਿਆ ਵੀ ਆ ਰਿਹਾ ਹੈ ਨੰਬਰ ਹੈ 78140 38764 ਜੇ ਤੁਹਾਡੇ ਕੋਲੇ ਕੋਠੀ ਮਕਾਨ ਹਵੇਲੀ ਜਾਂ ਕੋਈ ਵੀ ਸੰਦ ਸੰਧੜਾ ਕੋਈ ਵੀ ਗੱਡੀ ਹੈ ਵੇਚਣ ਵਾਸਤੇ ਆਪਣੇ WhatsApp ਨੰਬਰ ਤੇ ਫੋਟੋਆਂ ਜਾਣਕਾਰੀ ਵੀਡੀਓ ਭੇਜ ਸਕਦੇ ਹੋ ਐਡ ਤੁਹਾਡੀ ਲੱਗ ਜੂਗੀ ਅੱਗੇ ਆਪਾਂ ਹੁਣ ਕਰਾਂਗੇ ਗੱਡੀਆਂ ਦੀ ਗੱਲਬਾਤ ਸ਼ੁਰੂ ਜੀ ਆਪਣੇ ਕੋਲੇ ਬਹੁਤ ਸਾਰੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ Swift Desire 2012 ਮਾਡਲ ਗੱਡੀਆਂ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਆਪਣੇ ਕੋਲੇ ਗੱਡੀ ਆਹ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਪਹੁੰਚੀ ਆ 3 ਲੱਖ 20 ਹਜ਼ਾਰ ਦੀ ਡਿਮਾਂਡ ਆਪਣੇ ਕੋਲੇ ਲਾ ਕੇ ਮਾਲਕ ਨੇ ਭੇਜੀ ਆ ਨਵੇਂ ਟਾਇਰਾਂ ਚ ਗੱਡੀ ਆ ਤੇ ਟਾਇਰਾਂ ਚ ਅਲਾਈ ਲੱਗੇ ਬਹੁਤ ਸੋਹਣੀ ਬਹੁਤ ਸੋਹਣੀ ਗੱਡੀ ਆ ਕਾਗਜ਼ ਪੱਤਰ ਸਾਰੇ ਕੰਪਲੀਟ ਤੁਹਾਨੂੰ ਮਿਲਣਗੇ ਤੇ ਕੋਈ ਲੱਗੇ ਨਹੀਂ ਨਾ ਕੋਈ ਡੈਮੇਜ ਹੋਈ ਐ ਨਾ ਕੋਈ ਗਲੀ ਸੜੀ ਐ ਮੈਟਿੰਗ ਏਸੀ ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਪੂਰਾ ਵਧੀਆ ਤੁਹਾਨੂੰ ਮਿਲੂਆ 3 ਲੱਖ 20 ਹਜ਼ਾਰ ਸਿਰਫ ਡਿਮਾਂਡ ਦਿੱਲੀ ਨੰਬਰ ਗੱਡੀ ਘੜ ਦੀ ਗੱਡੀ ਆ ਤੇ ਨੰਬਰ ਕਰੋ ਮਾਲਕ ਦਾ ਨੋਟ ਨੰਬਰ 98770 65582 ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਹੁਣ ਸਵਿਫਟ ਗੱਡੀ 2005 ਮਾਡਲ ਗੱਡੀ ਆ ਨੀਲੇ ਰੰਗ ਚ ਤੇ 2025 ਤੱਕ ਦੀ ਪਾਸਿੰਗ ਪਈ ਐ ਰੀਨਿਊ ਮਾਲਕ ਨੇ ਕਰਵਾਈ ਹੋਈ ਐ ਤੇ 1.5 ਲੱਖ ਦੀ ਡਿਮਾਂਡ ਡਿਮਾਂਡ ਚ ਆਪਣੇ ਕੋਲੇ ਗੱਡੀ ਆ ਪਹੁੰਚੀ ਆ 15 ਸੀ ਚੰਡੀਗੜ੍ਹ ਇਹਨਾਂ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਕਿਸੇ ਪਾਸੋਂ ਲੱਗੀ ਨਹੀਂ ਨਾ ਕੋਈ ਗਲੀ ਸੜੀ ਹੈ ਨਾ ਕੋਈ ਡੈਮੇਜ ਹੋਈ ਆ ਵਧੀਆ ਮੈਟਿੰਗ ਪਈ ਆ ਵਧੀਆ ਮਿਊਜ਼ਿਕ ਸਿਸਟਮ ਹੈ ਤੇ ਏਸੀ ਹੀਟਰ ਵਰਕਿੰਗ ਚ ਹੈ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ 1.5 ਲੱਖ ਸਿਰਫ ਡਿਮਾਂਡ ਹੈ ਤੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਆ ਗੱਡੀ ਪਸੰਦ ਆਈ ਹੋਵੇ ਤਾਂ ਇਹਨਾਂ ਦੇ ਏਰੀਆ ਦੇ ਵਿੱਚ ਜਾ ਕੇ ਗੱਡੀ ਨੂੰ ਤੁਸੀਂ ਚਲਾ ਕੇ ਦੇਖ ਸਕਦੋਂ ਤੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਤੇ ਮਾਲਕ ਦਾ ਨੰਬਰ ਕਰੋ ਨੋਟ ਨੰਬਰ 82 647 13467 ਅੱਗੇ ਆਪਾਂ ਤੁਹਾਡੇ ਵਾਸਤੇ ਸਕੋਰਪਿਓ ਗੱਡੀ ਲੈ ਕੇ ਆਇਆ ਸਕੋਰਪਿਓ ਗੱਡੀ ਆ 2006 ਮਾਡਲ 2026 ਤੱਕ ਦੀ ਪਾਸਿੰਗ ਪਈ ਆ ਗੱਡੀ ਦੀ ਪਾਸਿੰਗ ਰੀਨਿਊ ਕਰਵਾਈ ਹੋਈ ਆ 1 ਲੱਖ 85000 ਮਾਲਕ ਨੇ ਡਿਮਾਂਡ ਆਪਣੇ ਕੋਲ ਹੀ ਆ ਗੱਡੀ ਦੀ ਲਾ ਕੇ ਭੇਜੀ ਆ ਤੇ 50 55 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਤੇ 1.85 ਡਿਮਾਂਡ ਹੈ ਜਗਰਾਉ ਏਰੀਆ ਚ ਆਪਣੇ ਕੋਲ ਗੱਡੀ ਪਹੁੰਚੀ ਹੈ ਕਿਸੇ ਮੇਰੇ ਵੀਰ ਨੂੰ ਆ ਗੱਡੀ ਪਸੰਦ ਆਈ ਉਹ ਦੇਖਣੀ ਹੋਵੇ ਤਾਂ ਜਗਰਾਉ ਇਹਨਾਂ ਦਾ ਏਰੀਆ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਆਪਦੀ ਪੂਰੀ ਤਸੱਲੀ ਕਰਕੇ ਗੱਲਬਾਤ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਗੱਡੀ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਹੈਗਾ ਪੂਰਾ ਵਧੀਆ ਸਾਇਲੈਂਟ ਇੰਜਨ ਗੇਅਰ ਹੈ ਤੇ ਚਲਾਉਣ ਚ ਕੋਈ ਨੁਕਸ ਨਹੀਂ ਪਹਿਲੇ ਸਾਲ ਗੱਡੀ ਸਟਾਰਟ ਹੈ ਚਾਬੀ ਵਗੈਰਾ ਨਾਲ ਤੇ ਅਸੈਸਰੀ ਸਾਰੀ ਨਾਲ ਤੁਹਾਨੂੰ ਮਿਲ ਜੂਗੀ ਤੇ ਕੰਮ ਵਗੈਰਾ ਗੱਡੀ ਦਾ ਸਾਰਾ ਹੋਇਆ 1 ਰੁਪਏ ਉੱਤੇ ਲਾਉਣ ਦੀ ਲੋੜ ਨਹੀਂ ਤੇ ਜਿਨ੍ਹਾਂ ਦੀ ਗੱਡੀ ਆ ਨੰਬਰ ਕਰੋ ਉਹਨਾਂ ਦਾ ਨੋਟ 987508671522 ਤੇ ਅੱਗੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ Swift LXI Patrol version ਗੱਡੀ ਗੱਡੀ 2006 ਮਾਡਲ ਹੈ ਤੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ 2027 ਤੱਕ ਟਾਇਰਾਂ ਦੇ ਵਿੱਚ ਅਲਾਇ ਲੱਗੇ ਹੋਏ ਆ ਗੱਡੀ ਦੇ ਟਾਇਰ ਜਿਹੜੇ ਠੀਕ ਠਾਕ ਪਏ ਆ ਟਾਇਰਾਂ ਦੀ ਕੰਡੀਸ਼ਨ ਹੈ 30 ਤੋਂ 35 ਪੈਸੇ ਤੇ ਮੁਰਿੰਡਾ ਏਰੀਆ ਚ ਆਪਣੇ ਕੋਲੇ ਗੱਡੀ ਪਹੁੰਚੀ ਆ 1 ਲੱਖ 45 ਹਜ਼ਾਰ ਦੀ ਡਿਮਾਂਡ ਚ ਤੇ ਗੱਡੀ ਵਧੀਆ ਕੋਈ ਨੁਕਸ ਨਹੀਂ ਨਾ ਕੋਈ ਚਲਾਉਣ ਚ ਤੇ ਨਾ ਕੋਈ ਇੰਜਨ ਗੇਅਰ ਚ 1 ਲੱਖ 45 ਹਜ਼ਾਰ ਸਿਰਫ ਡਿਮਾਂਡ ਹੈ ਦੀ 27 ਤੱਕ ਪਾਸਿੰਗ ਪਈ ਆ ਕਾਗਜ਼ ਪੱਤਰ 27 ਤੱਕ ਦੇ ਤੁਹਾਨੂੰ ਕੰਪਲੀਟ ਮਿਲ ਜਾਣਗੇ ਤੇ ਕਿਸੇ ਮੇਰੇ ਭਰਾ ਨੂੰ ਗੱਡੀ ਪਸੰਦ ਆਈ ਹੋਵੇ ਦੇਖਣੀ ਹੋਵੇ ਮੋਰਿੰਡਾ ਏਰੀਆ 'ਚ ਜਾ ਕੇ ਦੇਖ ਸਕਦੇ ਹਾਂ ਤੇ ਤੁਸੀਂ ਕਾਫੀ ਕਮੈਂਟ ਵੀ ਕੀਤੇ ਸੀਗੇ ਮੋਰਿੰਡਾ ਏਰੀਆ 'ਚ ਗੱਡੀ ਵਾਸਤੇ ਲੈ ਕੇ ਆਪਾਂ ਆਇਆ ਤੁਹਾਡੇ ਵਾਸਤੇ ਦੇਖੋ ਤੁਸੀਂ ਗੱਡੀ ਤੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਕਰੋ ਨੋਟ ਨੰਬਰ 98100 4050765 ਤੇ ਅੱਗੇ ਆਪਾਂ ਤੁਹਾਡੇ ਵਾਸਤੇ ਫਿਰ ਤੋਂ ਸਕੋਰਪਿਓ ਗੱਡੀ ਲੈ ਕੇ ਆਇਆ ਜੀ 2012 ਮਾਡਲ ਗੱਡੀ ਐ ਸਕੋਰਪਿਓ 6 ਲੱਖ ਦੀ ਡਿਮਾਂਡ ਚ ਤੇ ਗੁਰਦਾਸਪੁਰ ਏਰੀਆ ਚੋਂ ਆਪਣੇ ਕੋਲੇ ਗੱਡੀ ਆ ਪਹੁੰਚੀ ਐ 85 ਤੋਂ 80 ਪੈਸੇ ਟਹਰਾ ਦੀ ਕੰਡੀਸ਼ਨ ਪਈ ਆ ਗੱਡੀ ਚ ਕੋਈ ਨੁਕਸ ਨਹੀਂ ਹੈਗਾ ਕਲਰ ਆ ਜਿਹੜਾ ਗੱਡੀ ਦਾ ਜਿਹੜਾ ਰੰਗ ਹੈ ਸਾਰਾ ਜੈਨੂਨ ਹੈ ਤੇ ਗੁਰਦਾਸਪੁਰ ਗੱਡੀ ਖੜੀ ਐ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਆ ਗੱਡੀ ਪਸੰਦ ਆਈ ਉਹ ਦੇਖਣੀ ਹੋਵੇ ਇਹਨਾਂ ਦੇ ਏਰੀਆ ਦੇ ਵਿੱਚ ਜਾ ਕੇ ਦੇਖ ਸਕਦੋਂ ਏਸੀ ਹੀਟਰ ਵਗੈਰਾ ਸਾਰਾ ਕੁਝ ਚਾਲੂ ਹਾਲਤ ਦੇ ਵਿੱਚ ਹੈ ਤੇ ਸੀਟ ਕਵਰ ਵਧੀਆ ਪਏ ਨੇ ম্যাਟਿੰਗ-ਮੂਟਿੰਗ ਸਾਰਾ ਕੁਝ ਵਧੀਆ ਪਿਆ ਸਾਰੀ ਗੱਡੀ ਤਾਂ 6 ਲੱਖ ਡਿਮਾਂਡ ਹੈ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਹੈ ਤੇ ਉਹਨਾਂ ਨੂੰ ਫੋਨ ਕਰ ਸਕਦੇ ਹੋ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਜਾਣਕਾਰੀ ਲੈ ਸਕਦੇ ਹੋ ਤੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਸਕੋਰਪਿਓ ਗੱਡੀ ਦੀ ਆਪਾਂ ਗੱਲਬਾਤ ਸਾਰੀ ਕਰ ਲਈ ਗੱਡੀਆਂ ਹੋਰ ਵੀ ਨਹੀਂ ਅੱਗੇ ਥੋੜੀ ਜਿਹੀ ਆਪਾਂ ਗੱਲਬਾਤ ਕਰ ਲੈਣੇ ਆ ਜੀ ਆਪਾਂ ਐਡ ਕਰਦੇ ਹਰ ਰੋਜ਼ ਹਰ ਰੋਜ਼ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੇ ਤੁਸੀਂ ਵੀ ਐਡ ਕਰਾਉਣੀ ਹੋਵੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਗੱਡੀ ਹੋਵੇ ਸੇਲ ਕਰਨ ਵਾਸਤੇ ਜਾਂ ਮਕਾਨ ਹੋਵੇ ਕੋਠੀ ਹੋਵੇ ਚਾਹੀ ਕਿਸੇ ਵੀ ਏਰੀਆ ਚੋਂ ਚਾਹੀ ਕਿੰਨੀ ਵੱਡੀ ਕੋਠੀ ਹੋਵੇ ਆਪਾਂ ਨੂੰ ਵੀਡੀਓ ਬਣਾ ਕੇ ਪ੍ਰੋਪਰ ਵਧੀਆ ਤਰੀਕੇ ਨਾਲ ਭੇਜ ਦਿਓ ਤੇ ਜਦੋਂ ਕੋਠੀ ਦੀ ਐਡ ਆਪਣੇ ਕੋਲੇ ਭੇਜੋਗੇ ਤਾਂ ਵੀਡੀਓ ਮੇਨ ਗੇਟ ਤੋਂ ਬਣਾਉਣੀ ਸਟਾਰਟ ਕਰਿਆ ਕਰੋ ਤੇ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਐਡ ਆਪਾਂ ਤੁਹਾਡੀ ਲਗਾ ਦਾਂਗੇ ਜੇ ਕੋਈ ਵੀ ਸੰਦੇਸ ਸੰਦੇੜਾ ਵੇਚਣ ਵਾਸਤੇ ਹੈਗਾ ਤਾਂ ਤੁਸੀਂ ਵੀ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਭੇਜ ਸਕਦੇ ਹੋ ਆਪਾਂ ਹਰ ਤਰ੍ਹਾਂ ਦੀ ਐਡ ਕਰਦੇ ਹਾਂ ਨੰਬਰ ਤੁਹਾਨੂੰ ਆਪਣਾ ਮਿਲ ਗਿਆ ਹੋਊਗਾ 78 ਵਾਲਾ ਬਾਕੀ ਉੱਪਰ ਹਮੇਸ਼ਾ ਹੀ ਲਿਖਿਆ ਰਹਿੰਦਾ ਹੈ ਤੇ ਜਿਹਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਵੀਡੀਓ ਤੇ ਵੀਡੀਓ ਨੂੰ ਲਾਈਕ ਤੁਸੀਂ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਬਸਕ੍ਰਾਈਬ ਬਟਨ ਦੇ ਨਾਲ ਇੱਕ ਬੈਲ ਆਈਕਨ ਹੂਆ ਉਹਨੂੰ ਵੀ ਆਲਟ ਸੈਟ ਕਰਕੇ ਜ਼ਰੂਰ ਕਲਿੱਕ ਕਰ ਦਿਓ ਜੀ ਅੱਜ ਆਪਾਂ ਤੋਂ ਵੜ ਵਾਸਤੇ ਜੀਪ ਲੈ ਕੇ ਆਇਆ ਜੀਪ ਸਾਰੀ ਮੋਡੀਫਿਕੇਸ਼ਨ ਕੀਤੀ ਹੋਈ ਹੈ ਸਾਰੀ ਨਵੀਂ ਵਰਗੀ ਜੀਪ ਆਹ ਮੋਡੀਫਾਈ ਕੀਤੀ ਹੋਈ ਹੈ 1992 ਮਾਡਲ ਆਹ ਜੀਪ ਹੈ ਤੇ ਬਠਿੰਡੇ ਏਰੀਆ ਚ ਆਪਣੇ ਕੋਲੇ ਪਹੁੰਚੀ ਹੈ ਤੇ ਬਿਲਕੁਲ ਮੂਰੇ ਤੁਸੀਂ ਦੇਖੋ ਬੰਪਰ ਜ ਆ ਪੂਰਾ ਚੋੜਾ ਪੂਰਾ ਹੈਵੀ ਇਹਨਾਂ ਨੇ ਲਵਾਇਆ ਹੋਇਆ ਤੇ ਜੀਪ ਆ ਜਿਹੜੀ ਪੂਰੀ ਟੌਪ ਦੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਟਾਇਰ ਬਿਲਕੁਲ ਨਵੇਂ ਨੇ ਬਠਿੰਡਾ ਇਹਨਾਂ ਦਾ ਏਰੀਆ 235000 ਦੀ ਡਿਮਾਂਡ ਚ ਆਪਣੇ ਕੋਲੇ ਆਹ ਜੀ ਪਹੁੰਚੀ ਆ ਕੋਈ ਬਾਡੀ ਲੈਂਚਕ ਨੁਕਸ ਨਹੀਂ ਹੈਗਾ ਨਾ ਕੋਈ ਗਲੀ ਸੜੀ ਹੈ ਨਾ ਕੋਈ ਡੈਮੇਜ ਹੋਈ ਹੈ ਜਿਵੇਂ ਨਵੀਂ ਵਰਗੀ ਗੱਡੀ ਆਹ ਇੱਕ ਹਿਸਾਬ ਦੀ ਨਵੀਂ ਲਾ ਲਓ ਕਿਉਂਕਿ ਮੋਡੀਫਾਈ ਹੋਈ ਹੈ ਜਿਵੇਂ ਨਵੇਂ ਬਣ ਗਈ ਤੇ ਨੰਬਰ ਕਰੋ ਜੀ ਇਹਨਾਂ ਦਾ ਨੋਟ ਜਿੰਨਾਂ ਦੀ ਆਹ ਗੱਡੀ ਆ ਨੰਬਰ ਜੀ 98 551 69084 ਅੱਗੇ ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਆ ਫੋਰਡ ਦੀ ਫਿਗੋ ਗੱਡੀ 2011 ਮਾਡਲ ਗੱਡੀ ਆ ਤੇ 77000 ਕਿਲੋਮੀਟਰ ਚੱਲੀ ਹੋਈ ਹੈ 155000 ਦੀ ਡਿਮਾਂਡ ਚ ਆਪਣੇ ਕੋਲ ਗੱਡੀ ਪਹੁੰਚੀ ਆ ਅੰਮ੍ਰਿਤਸਰ ਏਰੀਆ ਚੋਂ ਸੜ ਤੋਂ 65 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਏਸੀ ਹੀਟਰ ਵਰਕਿੰਗ ਚ ਐ ਨੋ ਐਕਸੀਡੈਂਟ ਹੈ ਕੋਈ ਡੈਮੇਜ ਨਹੀਂ ਨਾ ਕੋਈ ਲੱਗੀ ਆ ਕਾਗਜ਼ ਪੱਤਰ ਸਾਰੇ ਕੰਪਲੀਟ ਤੁਹਾਨੂੰ ਮਿਲਣਗੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਹੈ ਫੋਨ ਕਰ ਸਕਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਅੱਗੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਕਵਿਡ ਗੱਡੀ ਕਬੜ ਦੀ ਗੱਡੀ ਹਰਿਆਣਾ ਨੰਬਰ ਹੈ HR23K 6978 ਤੇ 22 ਮਾਡਲ ਹੈ ਜੀ ਆਹ ਆ 22 ਹੁਣੇ ਕਢਵਾਈ ਸੀ ਇਹਨਾਂ ਨੇ 22 ਦੇ ਵਿੱਚ ਸਿਰਫ ਗੱਡੀ ਚੱਲੀ ਹੈ ਜੀ 4000 ਤੋਂ ਵੀ ਥੱਲੇ ਆ ਤੇ ਸਵਾ 5 ਲੱਖ ਰੁਪਏ ਇਹਨਾਂ ਨੇ ਡਿਮਾਂਡ ਲਾ ਕੇ ਭੇਜੇ ਟੋਹਾਨਾ ਇਹਨਾਂ ਦਾ ਏਰੀਆ ਨਵੇਂ ਟੈਰਾ ਚ ਬਿਲਕੁਲ ਗੱਡੀ ਆ ਤੇ ਜਮ੍ਹਾਂ ਘੱਟ ਚੱਲੀ ਆ ਤੇ ਇਹਨਾਂ ਨੇ ਸੇਲ ਕਰਨੇ ਹੋ ਜੀ ਕਿਸੇ ਕਾਰਨ ਕਰਕੇ ਜਮਾਂ ਨਮੀ ਗੱਡੀਆਂ ਸ਼ੋਰੂਮ ਚੋਂ ਨਿਕਲੀ ਵਰਗੀਆਂ ਜਮਾਂ ਗੱਡੀਆਂ ਚਲਾਈ ਵੀ ਨਹੀਂ ਹੈਗੀ ਘਰੇ ਖੜੀ ਆ ਮਾੜੀ ਮੋਟੀ ਚਲਾਈ ਆ ਤੇ ਬਾਕੀ ਇਦਾਂ ਹੀ ਗੱਡੀ ਘਰੇ ਖੜੀ ਆ ਕਿਸੇ ਮੇਰੇ ਭਰਾ ਨੂੰ ਗੱਡੀ ਪਸੰਦ ਆਈ ਉਹ ਦੇਖਣੀ ਹੋਵੇ ਤਾਂ ਜਮਾਂ ਨਮੀ ਟੌਪ ਦੀ ਘੈਂਟ ਗੱਲਬਾਤ ਵਾਲੀ ਗੱਡੀਆਂ ਸ਼ੋਰੂਮ ਚੋਂ ਨਿਕਲੀ ਵਰਗੀਆਂ ਜਮਾਂ ਗੱਡੀਆਂ ਤੇ ਨੰਬਰ ਕਰੋ ਇਹਨਾਂ ਦਾ 9899960 ਤੇ 12413 ਫੋਨ ਕਰ ਸਕਦੇ ਹੋ ਗੱਲਬਾਤ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਗੱਡੀਆਂ ਤੋਂ ਨੂੰ ਅੱਜ ਦੀਆਂ ਕਿਵੇਂ ਦੇ ਲੱਗੀਆਂ ਜਰੂਰ ਦੱਸੋ ਜੀ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਆਪਦੀ ਰਾਇ ਜਰੂਰ ਦਿਆ ਕਰੋ ਕਮੈਂਟਾਂ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਨਿੱਕਾ ਮੋਟਾ ਜਿਹੋ ਜਿਹਾ ਵੀ ਕਰ ਸਕਦੇ ਹਾਂ ਤੇ ਤੁਹਾਡਾ ਆਪਣਾ ਆਪਦਾ ਚੈਨਲ ਹੈ ਸਪੋਰਟ ਕਰਿਆ ਕਰੋ ਜੀ ਫੁੱਲ